ਕੰਛੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਦੀ ਸੰਗਤ ਨੂੰ ਮੇਰੇ ਵੱਲੋਂ ਜਣੀ ਨਿਰਮਲ ਗੁੜਾ ਦੇ ਵੱਲੋਂ ਜੈ ਗੁਰਦੇਵ ਜੈ ਪੀਮ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਨੇ ਹਰ ਪਾਸੇ ਚੋਣ ਮਹਿਮ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਪਾਰਟੀਆਂ ਦੇ ਵੱਲੋਂ ਲੋਕਾਂ ਤੱਕ ਰਾਬਤਾ ਕਾਇਮ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪਹਿਲੀਆਂ ਪਾਰਟੀਆਂ ਦੇ ਉਮੀਦਵਾਰ ਜਾਂ ਜਿੱਤੇ ਹੋਏ ਵਿਧਾਇਕ ਐਮ ਐਲ ਏ ਉਹਨਾਂ ਤੇ ਚਿੱਕੜ ਉਛਾਲਣਾ ਵੀ ਸ਼ੁਰੂ ਉਸ ਸਭਾਬਕ ਹੀ ਹੈ ਤੇ ਕੁਝ ਨਵੀਆਂ ਪਾਰਟੀਆਂ ਵੀ ਉਹ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਹਿਲੀ ਪਾਰਟੀਆਂ ਦੇ ਪਹਿਲੇ ਉਮੀਦਵਾਰਾਂ ਵੱਲੋਂ ਪਹਿਲੇ ਬਣੇ ਐਮ ਐਲ ਏ ਐਮ ਪੀਜ਼ ਦੇ ਵੱਲੋਂ ਪਰ ਵਾਰ-ਵਾਰ ਜਾਂ ਲੋਕਾਂ ਨੇ ਬਹੁਤਾ ਚੰਗਾ ਕੰਮ ਨਹੀਂ ਕੀਤਾ ਜੋ ਹੋਣਾ ਚਾਹੀਦਾ ਸੀ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਨਹੀਂ ਮਿਲ ਸਕੀਆਂ ਤੇ ਅੱਜ ਇਹੋ ਜੀ ਅਸੀਂ ਸ਼ਕਸ਼ੀਤ ਦੇ ਕੋਲ ਬੈਠੇ ਨੇ ਜਿਹੜੀ ਇਹ ਨਵੀਂ ਪਾਰਟੀ ਹੈ ਕੁਝ ਸਾਲਾਂ ਤੋਂ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਲਈ ਹੈ ਨੈਸ਼ਨਲ ਜਸਟਿਸ ਪਾਰਟੀ ਇਹ ਮੇਰੇ ਨਾਲ ਨੇ ਇਸ ਵੇਲੇ ਚੌਧਰੀ ਰੌਣਕੀ ਰਾਮ ਸੱਲਣ ਸਾਹਿਬ ਜੀ ਸਵਾਗਤ ਕਰੀਏ ਆਪਾਂ ਸੱਲਣ ਸਾਹਿਬ ਸਵਾਗਤ ਹੈ ਜੀ ਜੈਪੀਮ ਜੈ ਗੁਰਦੇਵ ਜੀ ਜੈਪੀਮ ਜੈ ਗੁਰਦੇਵ ਉਹ ਠੀਕ ਹੋ ਜੀ ਬਹੁਤ ਵਧੀਆ ਤੁਸੀਂ ਕਿਹੜੀ ਪਾਰਟੀ ਹੁਣ ਬਣਾਈ ਹੈ ਜਿਸ ਪਾਰਟੀ ਦੇ ਵੱਲੋਂ ਇਸ ਵਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਸ਼ਨ ਵੀ ਲੜੀ ਜਾਊਗੀ ਸਾਡੇ ਪਾਰਟੀ ਨੈਸ਼ਨਲਿਸਟ ਜਸਟਿਸ ਪਾਰਟੀ ਅਸੀਂ ਨਵੀਂ ਬਣਾਈ ਹੈ ਜੀ ਇਹ 12 ਮਾਰਚ 2019 ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਡਾਕਟਰ ਰਜਿਸਟਰਡ ਹੋਈ ਹੈ ਜੀ ਉਦੋਂ ਬਾਅਦ ਅਸੀਂ ਇਹਨੂੰ ਇਹਦਾ ਵਿਸਤਾਰ ਕਰਨ ਲਈ ਲੱਗੇ ਹੋਏ ਹਾਂ ਜੀ ਠੀਕ ਹੈ ਜੀ ਤੇ ਇਸ ਪਾਰਟੀ ਦੇ ਵਿੱਚ ਤੁਹਾਡੇ ਕੋਲ ਕਿਹੜੀ ਜ਼ਿੰਮੇਵਾਰੀ ਹੈਗੀ ਆ ਮੇਰੇ ਕੋਲ ਇਸ ਵੇਲੇ ਪਹਿਲਾਂ ਤਾਂ ਮੈਂ ਨੈਸ਼ਨਲ ਕੈਸ਼ੀਅਰ ਸੀ ਜੀ ਹੁਣ ਪਾਰਟੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਦੇ ਲਈ ਸਾਡੀ ਪਾਰਟੀ ਹਾਈ ਕਮਾਂਡ ਨੇ ਫੈਸਲਾ ਕੀਤਾ ਹੋਇਆ ਰੌਣਕੀ ਰਾਮ ਨੂੰ ਸਲਾ ਨੂੰ ਕੋਈ ਹੋਰ ਜ਼ਿੰਮੇਵਾਰੀ ਦਿੱਤੀ ਜਾਵੇ ਜੀ ਫਿਰ ਮੈਨੂੰ ਨੈਸ਼ਨਲ ਲੈਵਲ ਤੇ ਨੈਸ਼ਨਲ ਚੀਫ ਆਰਗੇਨ ਸੈਕਟਰੀ ਬਣਾਇਆ ਗਿਆ ਜੀ ਤੁਸੀਂ ਐ ਸਕੱਤਰ ਉਹ ਨੈਸ਼ਨਲ ਹੂੰ ਜੀ ਤੇ ਨਾਲ ਖਜ਼ਾਂਚੀ ਉਹ ਹਾਂ ਠੀਕ ਹੈ ਇੱਥੇ ਲੋਕਲ ਤੁਹਾਡਾ ਕੇਸ ਹਲਕੇ ਦੇ ਵਿੱਚ ਪਿੰਡ ਹੈ ਮੇਰਾ ਜੀ ਪਹਿਲਾ ਪਿੰਡ ਦਾ ਕਤਪਾਲੋਂ ਆ ਨਗਰ ਦੇ ਕੋਲ ਫਲੋਰ ਅਸੈਂਬਲੀ ਹਲਕੇ ਜਾਂਦਾ ਜੀ ਉੱਥੇ ਆਪਣਾ ਘਰ ਹੈ ਜੀ ਮੇਰਾ ਖੇਤੀ ਫਾਰਮ ਹੈਗਾ ਆ ਔਰ ਤੋਂ 10 ਕਿਲੋਮੀਟਰ ਲਗਭਗ ਪੈਂਦਾ ਉੱਥੇ ਉੱਥੇ ਵੀ ਆਪਣਾ ਘਰ ਹੈਗਾ ਜੀ ਇੱਥੇ ਵੀ ਘਰ ਹੈਗਾ ਹੂੰ ਦੋਨੇ ਪਾਸੇ ਹੀ ਆਪਣਾ ਘਰ ਆ ਇਹ ਜਿਵੇਂ ਤੁਸੀਂ ਐਸਆਰ ਜਿਹੜੀ ਰਾਜਨੀਤਿਕ ਪਾਰਟੀ ਬਣਾਈ ਆ ਇਸ ਤੋਂ ਪਹਿਲਾਂ ਤੁਹਾਡਾ ਕਿਹੜਾ ਸੰਗਠਨ ਸੀਗਾ ਪਹਿਲਾਂ ਮੈਂ ਸਮਾਜਿਕ ਸੰਗਠਨ ਦੇ ਵਿੱਚ ਕੰਮ ਕੀਤਾ ਉਹ ਸੀਗਾ ਸਾਡਾ ਬੰਮ ਸੇਫ ਜੀ ਬਾਮ ਸੇਫ ਦੇ ਵਿੱਚ ਮੈਂ ਨੈਸ਼ਨਲ ਲੈਵਲ ਤੇ ਆਈ ਜੁਗੋਟ ਕਮੇਟੀ ਦੇ ਵਿੱਚ ਬਹੁਤ ਹਰਸਾ ਮੈਂਬਰ ਰਿਆ ਹੂੰ ਔਰ ਕੁਝ ਹਰਸਾ ਸਟੇਟ ਦਾ ਪ੍ਰੈਜ਼ੀਡੈਂਟ ਵੀ ਰਿਆ ਅੱਛਾ ਜੀ ਜੇ ਤੁਸੀਂ ਐ ਬਾਮ ਸੇਫ ਦੇ ਵਿੱਚ ਪੰਜਾਬ ਦੇ ਪ੍ਰਧਾਨ ਰਹੇ ਹੋ ਇਹਦਾ ਮਤਲਬ ਤੁਸੀਂ ਫਿਰ ਸਾਹਿਬ ਕਾਂਛੀ ਰਾਮ ਜੀ ਨਾਲ ਵੀ ਤੁਹਾਡਾ ਮੇਲ ਹੋਇਆ ਹੋਏਗਾ ਹਾਂ ਜਿੰਨਾ ਚਿਰ ਕਾਂਛੀ ਰਾਮ ਜੀ ਨਾਨ ਪੋਲਿਟਿਕਲ ਸੀ ਬਾਮ ਸੇਫ ਦੇ ਉਹ ਪ੍ਰੈਜ਼ੀਡੈਂਸੀ ਉਹਨਾਂ ਚਿਰ ਸਾਡਾ ਉਹਨਾਂ ਨਾਲ ਸੰਬੰਧ ਸੀ ਸੋਸ਼ਲ ਕਿਉਂਕਿ ਉਹ ਸਾਡੇ ਪ੍ਰੈਜ਼ੀਡੈਂਟ ਸੀ ਅਸੀਂ ਉਹਨਾਂ ਦੇ ਨਾਲ ਸੀ ਤੇ ਜਦੋਂ ਉਹਨੇ ਰਾਜਨੀਤਿਕ ਪਾਰਟੀ ਬਣਾ ਕੇ ਰਾਜਨੀਤਿਕ ਸਰਗਰਮੀਆਂ ਕਰਦੀਆਂ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਹੂੰ ਕੋ ਸਾਡਾ ਇਹ ਸਮਾਜਿਕ ਸੰਗਠਨ ਸਗਾ ਹੂੰ বাম ਸੇਫ ਦੇ ਵਿੱਚ ਅਸੀਂ ਉਤੋਂ ਲੈ ਕੇ ਕੰਮ ਕੀਤਾ ਬਾਅਦ ਵਿੱਚ ਵੀ ਕਰਦੇ ਰਹੇ ਹਾਂ ਤੇ ਕਾਂਛੀਰਾਮ ਹੁਣੇ ਫਿਰ ਆਪਣਾ ਉਹਨਾਂ ਨੂੰ ਜਦੋਂ ਉਹਨੇ ਰਾਜਨੀਤਿਕ ਕੰਮ ਕਰਨਾ ਸ਼ੁਰੂ ਕਰਤਾ ਉਹਦੇ ਤੁਹਾਡੇ ਵਿਚਾਰ ਅਲਗ-ਅਲਗ ਉਹਨਾਂ ਨੂੰ ਨਹੀਂ ਵਿਚਾਰ ਇਦਾਂ ਸੀ ਵੀ ਜਦੋਂ ਉਹਨਾਂ ਨੇ ਕੰਮ ਆਪਣਾ ਸੰਭਾਲ ਲਿਆ ਅਸੀਂ ਨਾਨ ਪੋਲਿਟিক্যাল ਸਾਡੀ ਆਰਗੇਨਾਈਜੇਸ਼ਨ ਸੀ ਵਾਪਸੇ ਜੀ ਨਾਨ ਪੋਲਿਟিক্যাল ਨਾਨ ਐਜੀਟੇਸ਼ਨਲ ਨਾਨ ਰਿਲੀਜੀਅਸ ਹੂੰ ਤੇ ਜੈਸ ਪੋਲਟੈਕਸ ਦਾ ਕੰਮ ਉਹ ਨਹੀਂ ਸ਼ੁਰੂ ਕਰ ਦਿੱਤਾ ਉਹਨਾਂ ਦੇ ਆਪਣੇ ਲੈਵਲ ਦੇ ਉੱਤੇ ਸੀਗਾ ਹੂੰ ਉਹ ਚ ਵਾਪਸੇ ਵੀ ਕੋਈ ਜੁਮਰ ਨਹੀਂ ਸੀ ਹੂੰ 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 ਨਾ ਕੋਈ ਸਜੋ ਹੂੰ 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 ਕਿ ਜਿਵੇਂ ਤੁਸੀਂ ਬਾਮ ਸੇਫ ਇਸ ਜਥੇਬੰਦੀ ਵਿੱਚ ਕੰਮ ਕਰਦੇ ਸੀ ਤੇ ਉਸ ਵੇਲੇ ਤੁਸੀਂ ਇਹਦਾ ਮਤਲਬ ਮੁਲਾਜ਼ਮ ਵੀ ਸੀ ਕੋਈ ਸਰਕਾਰੀ ਜੋਬ ਕਰਦੇ ਸੀ ਹਾਂ ਜੀ ਮੈਂ ਉਸ ਵੇਲੇ ਪਟਵਾਰੀ ਸਗਾਫ ਫਿਰ ਬਾਅਦ ਕਾਨਗੋ ਪ੍ਰਮੋਟ ਹੋ ਗਿਆ ਸੀ ਕੋ ਸਾਡਾ ਸਮਾਜਿਕ ਸੰਗਠਨ ਸੀ ਉਹਦੇ ਵਿੱਚ ਅਸੀਂ ਚੇਤਨਤਾ ਲੋਕਾਂ ਨੂੰ ਇਹ ਦਿੰਦੇ ਹੁੰਦੇ ਸੀ ਕਿ ਬੱਚੇ ਪੜ੍ਹਾਓ ਵਿਤਕਰਾ ਨਾ ਕੀਤਾ ਜਾਵੇ ਕਿਸੇ ਦੇ ਨਾਲ ਜਿਹੜਾ ਲੋਕ ਵਿਤਕਰਾ ਕਰਦੇ ਆ ਉਹਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸਮਾਨਤਾ ਭਾਈਚਾਰਾ ਯਾਦੀ ਜੋ ਸਾਨੂੰ ਸੰਵਿਧਾਨ ਦਿੰਦਾ ਉਦੇ ਖੇਤਰ ਦੇ ਵਿੱਚ ਹੀ ਅਸੀਂ ਕੰਮ ਕਰਦੇ ਸੀ ਹੂੰ 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 ਤੇ ਉਦੋਂ ਤੁਸੀਂ ਜਿਵੇਂ ਕਿਹਾ ਕਿ ਸਾਬ ਕਾਂਚੀ ਰਾਮਜੀਤ ਨੇ ਜਦੋਂ ਰਾਜਨੀਤਿਕ ਪਾਰਟੀ ਬਣਾਈ ਹੈ ਤੇ ਤੁਹਾਡਾ ਆਪਸ ਵਿੱਚ ਉਦੋਂ ਮੇਲ ਮਿਲਵ ਘਟ ਗਿਆ ਜਾਂ ਤੁਸੀਂ ਉਹਨਾਂ ਦੀ ਨਾ ਰਾਜਨੀਤਿਕ ਪਾਰਟੀ ਦੇ ਵਿੱਚ ਨਹੀਂ ਗਏ ਕਿ ਉਦੋਂ ਤੁਹਾਡੀ ਮਜਬੂਰੀ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਸੀ ਜਾਂ ਉਸ ਵੇਲੇ ਤੁਹਾਡਾ ਸ਼ੌਕ ਨਹੀਂ ਸੀ ਵੀ ਰਾਜਨੀਤਿਕ ਤੇ ਜਿਹੜੀਆਂ ਇਸ ਗਤੀਵਿਧੀਆਂ ਉਹਨਾਂ ਦੇ ਵਿੱਚ ਪਾ ਲੈਣਾ ਨਹੀਂ ਦੇਖੋ ਇੱਕ ਮੁਲਾਜ਼ਮ ਸਰਕਾਰੀ ਉਹ ਸਰਕਾਰ ਦੀਆਂ ਨੀਤੀਆਂ ਦੇ ਮਤਾਬਕ ਬੱਜਾ ਹੁੰਦਾ ਆ ਜੋ ਵੀ ਸਰਕਾਰੀ ਹੁਕਮ ਹੁੰਦੇ ਆ ਉਹ ਨਾਨ ਪੋਲੀਟਿਕਲ ਹੀ ਰਹਿ ਸਕਦਾ ਆ ਜੀ ਜੀ ਅਸੀਂ ਨਾਨ ਪੋਲੀਟਿਕਲ ਰਹਿ ਕੇ ਆਪਣੀ ਸਰਵਿਸ ਪੂਰੀ ਕੀਤੀ ਆ ਨਾਨ ਪੋਲੀਟਿਕਲ ਰਹਿ ਕੇ ਅਸੀਂ ਜੋ ਸਮਾਜਿਕ ਸਰਗਰਮੀਆਂ ਸਾਨੂੰ ਸੰਵਿਧਾਨਕ ਹੱਕ ਅਸੀਂ ਉਹਦੇ ਮਤਾਬਕ ਅਸੀਂ ਕਰ ਸਕਦੇ ਸੀ ਉਹਨਾਂ ਕੀਤਾ ਇਸ ਤੋਂ ਬਿਜਾਦਾ ਨਹੀਂ ਸੀ ਕਰਨਾ ਠੀਕ ਰਾਜਨੀਤੀ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਹੁਣ ਤੁਸੀਂ ਰਿਟਾਇਰ ਹੋ ਗਏ ਹਾਂ ਮੈਂ ਰਿਟਾਇਰ ਐਸ ਵੇਲੇ ਮੈਂ 31 ਮਾਰਚ 2006 ਤੋਂ ਰਿਟਾਇਰ ਆ 2006 2006 ਤੋਂ ਤੁਸੀਂ ਰਿਟਾਇਰ ਹੋ ਗਏ ਕਾਨੂੰਗੋ ਦੇ ਕਾਨੂੰਗੋ ਦੇ ਉਹਦੇ ਤੋਂ ਹਾਂ ਮੈਂ ਡਿਪਟੀ ਕਮਿਸ਼ਨਰ ਅਫੀਸ ਜ਼ਿਲਹੰਦਰ ਤੋਂ ਰਟਾਇਡ ਜੀ ਜੀ ਉਸ ਤੋਂ ਪਹਿਲਾਂ ਮੈਂ ਫਲੋਰ ਵੀ ਕੰਮ ਕੀਤਾ ਅਫਸਰ ਕਾਨੂੰਗੋ ਦੇ ਤੌਰ ਤੇ ਉਸ ਵੇਲੇ ਅਸੀਂ ਕੁਝ ਆਦਮੀ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਲੜਾਈ ਸੀ ਜਿੱਦਾਂ ਜ਼ਿਲਹੰਦਰ ਹੋਇਆ ਹੁਸ਼ਿਆਰਪੁਰ ਹੋਇਆ ਇਧਰ ਮਾਲਵੇ ਵਿੱਚ ਵੀ ਕੀਤਾ ਸੀ ਥੋੜਾ ਜਿਆਦਾ ਨਹੀਂ ਤੁਸੀਂ ਉਸ ਵੇਲੇ ਇਸ ਪਾਰਟੀ ਦੇ ਬੈਨਰ ਹੇਠ ਜਾਂ ਆਜ਼ਾਦ ਨੇ ਆਜ਼ਾਦ ਨਹੀਂ ਇਸ ਪਾਰਟੀ ਦਾ ਸਾਡਾ ਉਸ ਵੇਲੇ ਰਜਿਸਟਰਡ ਹੋ ਚੁੱਕੀ ਸੀ ਅਸੀਂ ਬਕਾਇਦਾ ਉਹਨਾਂ ਨੂੰ ਟਿਕਟ ਦਿੱਤੀਆਂ ਠੀਕ ਹੈ ਸਾਡੇ ਆਪਣੇ ਇਹ ਪਾਰਟੀ ਦੇ ਟਿਕਟ ਦੇ ਉੱਤੇ ਉਹ ਨਹੀਂ ਇਲੈਕਸ਼ਨ ਲੜੇ ਜਿੰਨੇ ਨੂੰ ਅਸੀਂ ਠੀਕ ਹੈ ਜਿਹੜੇ ਸਾਡੇ ਬੈਨਰ ਦੇ ਹੇਠ ਝੰਡੇ ਦੇ ਥੱਲੇ ਆਦਮੀ ਆਏ ਅਸੀਂ ਉਹਨਾਂ ਨੂੰ ਟਿਕਟ ਦਿੱਤੀਆਂ ਠੀਕ ਹੈ ਜਿਹੜਾ ਆਜ਼ਾਦ ਲੜਦਾ ਉਹਦਾ ਸਾਡਾ ਕੋਈ ਸੰਬੰਧ ਨਹੀਂ ਤੇ ਇਸ ਵਾਰ ਪੰਜਾਬ ਦੀ ਵਿੱਚ 117 ਹਲਕਿਆਂ ਤੇ ਚੋਣ ਲੜੋਗੇ ਜਾਂ ਘਟਾ ਹਾਂ ਅੱਜ ਤੱਕ ਸਾਡਾ ਜੋ ਵਿਚਾਰਾ ਪਾਰਟੀ ਦਾ ਸਾਡੀ ਦਾ ਉਏ ਆ ਵੀ ਅਸੀਂ ਪੰਜਾਬ ਦੇ 117 ਹਲਕਿਆਂ ਤੇ ਇਲੈਕਸ਼ਨ ਲੜਨੀ ਹੈ। ਹੂੰ। ਠੀਕ ਹੈ। ਤੇ ਜਿਵੇਂ ਜਿਹੜੇ ਐਸਸੀ ਹਲਕੇ ਹੈਗੇ ਨੇ ਉਹਨਾਂ ਤੇ ਵੀ ਬਿਲਕੁਲ ਤੇ ਜਿਵੇਂ ਤੁਹਾਡਾ ਤੁਸੀਂ ਸ਼ਡਿਊਲ ਕਾਸਟ ਹੋ ਜਨਾਲੋ। ਮੈਂ ਸ਼ਡਿਊਲ ਕਾਸਟ। ਤੇ ਤੁਸੀਂ ਕਿਹੇ ਹਲਕੇ ਤੋਂ ਇਲੈਕਸ਼ਨ ਲੜਨ ਦਾ ਮਨ ਬਣਾਇਆ? ਮੇਰਾ ਮਨ ਤਾਂ ਫਲੌਰ ਤੋਂ ਆ। ਤੇ ਤੁਹਾਡਾ ਪਿੰਡ ਵੀ ਐਸਸੀ ਹਲਕੇ ਦੇ ਵਿੱਚ ਪੈਂਦਾ। ਫਲੌਰ ਹਲਕੇ 'ਚ ਮੇਰਾ ਪਿੰਡ ਪੈਂਦਾ। ਕਤ ਪਾ ਲੂੰ ਹੂੰ ਠੀਕ ਹੈ ਜੀ ਤੇ ਵਿਧਾਨ ਸਭਾ ਹਲਕਾ ਫਲੋਰ ਤੋਂ ਤੁਸੀਂ ਇਸ ਵਾਰ 2022 ਦੀ ਜਿਹੜੀ ਇਲੈਕਸ਼ਨ ਆ ਪੱਕਾ ਮਨ ਬਣਾ ਲਿਆ ਕਿ ਇਸ ਵਾਰ ਇਲੈਕਸ਼ਨ ਲੜਨੀ ਹੈ ਹਾਂ ਮੈਨੂੰ ਪਾਰਟੀ ਨੇ ਆਪਣੇ ਵੱਲੋਂ ਇਹ ਸਾਲ ਕੇ ਹਲਕਾ ਫਲੋਰ ਦੇ ਲਈ ਜਮਵਾਰੀ ਦਿੱਤੀ ਹੈ ਹੂੰ ਹੂੰ ਤੇ ਜਿਵੇਂ ਤੁਸੀਂ ਇਲੈਕਸ਼ਨ ਲੜਨੀ ਐ ਇਸ ਵਾਰ ਵਿਧਾਨ ਸਭਾ ਹਲਕਾ ਫਲੋਰ ਤੋਂ ਤੁਹਾਡੇ ਏਜੰਡੇ ਕੀ ਨੇ ਕੀ ਕਿਹੜੇ ਕਿਹੜੇ ਏਜੰਡੇ ਲੋਕਾਂ ਕੋਲ ਲੈ ਕੇ ਜਾਓਗੇ ਭਈ ਇਸ ਵਾਰ ਤੁਸੀਂ ਸਾਨੂੰ ਵੋਟਾਂ ਪਾਇਓ ਭਾਵੇਂ ਕਿ ਤੁਸੀਂ ਦਿੱਸੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਤੁਸੀਂ ਵਕ ਵਕ ਪਾਰਟੀਆਂ ਨੂੰ ਵਕ ਵਕ ਉਮੀਦਵਾਰਾਂ ਨੂੰ ਵੋਟ ਪਾਉਂਦੇ ਰਹੇ ਰਹੇ ਹੋ ਕਿ ਇਸ ਵਾਰ ਤੁਹਾਨੂੰ ਵੋਟ ਤੁਸੀਂ ਜਦੋਂ ਲੋਕਾਂ ਕੋਲ ਵੋਟ ਦੀ ਪ੍ਰਾਪਤੀ ਦੇ ਵਾਸਤੇ ਜਾਣਾ ਮੰਗਣ ਦੇ ਵਾਸਤੇ ਜਾਣਾ ਕਿਹੜੇ ਏਜੰਡੇ ਨੇ ਤੁਹਾਡੇ ਹਾਂ ਦੇਖੋ ਸਾਡਾ ਜਿਹੜਾ ਟਾਰਗੇਟ ਹੈ ਉਹ ਤਾਂ ਸਾਡਾ ਹੈਗਾ ਦੇਸ਼ ਦਾ ਭਲਾ ਦੇਸ਼ ਦਾ ਭਲਾ ਠੀਕ ਹੈ ਦੇਸ਼ ਦੀ ਜਨਤਾ ਦਾ ਭਲਾ ਜੀ ਉਹਨੂੰ ਕਰਨ ਦੇ ਲਈ ਅਸੀਂ ਪ੍ਰੋਗਰਾਮ ਬਣਾਵਾਂਗੇ ਮੋਕੇ ਦੇ ਮੋਕੇ ਉਸ ਇਲੈਕਸ਼ਨ ਦੇ ਦੌਰਾਨ ਜਿਹੜਾ ਵੀ ਸਾਡਾ ਕੋਈ ਅੰਡਾ ਬਣਿਆ ਬਣਾ ਲਵਾਂਗੇ ਲੇਕਿਨ ਮੇਨ ਟਾਰਗੇਟ ਸਾਡਾ ਇਹ ਆ ਵੀ ਦੇਸ਼ ਕੌਮ ਸਟੇਟ ਦਾ ਭਲਾ ਹੋਵੇ ਹਰ ਤਰ੍ਹਾਂ ਹੂੰ ਨਹੀਂ ਉਹ ਤਾਂ ਜਿਵੇਂ ਪਹਿਲੇ ਉਮੀਦਵਾਰ ਪਹਿਲੇ ਐਮਐਲਏ ਐਮਪੀ ਜਿਹੜੇ ਬਣੇ ਨੇ ਉਹਨਾਂ ਨੇ ਵੀ ਇਹੀ ਕਹਿ ਕੇ ਐਮਐਲਐਮਪੀ ਬਣੇ ਸਕੇ ਦੇਸ਼ ਦਾ ਸੀ ਭਲਾ ਕਰਨਾ ਪਰ ਬਾਅਦ ਦੇ ਵਿੱਚ ਉਹ ਲਾਲ ਬੱਤੀ ਵਾਲੀ ਗੱਡੀ ਦੇ ਵਿੱਚੋਂ ਉੱਤਰ ਕੇ ਕੋਈ ਰਾਜੀ ਨਹੀਂ ਹੈ ਤੇ ਇਧਰ ਲਈ ਕੀ ਕਹਿਣਾ ਚਾਹੂੰਗਾ ਤੁਹਾਡਾ ਕਿਦਾਂ ਦਾ ਹੋਏਗਾ ਸਭ ਤਾ ਦੇਖੋ ਜਿਹੜੀ ਮੱਖੀ ਸਹਿਦ ਚੱਟਣ ਲੱਗ ਜਾਏ ਹੂੰ ਉਹਨੂੰ ਸਹਿਦ ਤਾਂ ਮਿੱਠਾ ਲੱਗ ਜਾਂਦਾ ਉਹ ਹਟਦੀ ਨਹੀਂ ਉਹਦਾ ਫਿਰ ਢਿੱਡ ਜੁੜ ਜਾਂਦਾ ਪਹਿਲਾਂ ਲੱਤਾਂ ਫਸ ਜਾਂਦੀਆਂ ਫਿਰ ਢਿੱਡ ਜੁੜ ਜਾਂਦਾ ਉਹ ਚੱਟੀ ਜਾਂਦੀ ਆ ਉਹ ਸ਼ਹਿਦ ਦੇ ਛੱਤੇ ਨਾਲ ਹਾਂ ਹੂੰ ਕਿਉਂ ਜੇ ਤਾਂ ਉਹ ਸਮਝਦਾਰ ਹੋਵੇ ਥੋੜਾ ਜਿਹਾ ਸ਼ਹਿਦ ਚੱਟੇ ਤੋਂ ਉੱਡ ਜਾਵੇ ਫਿਰ ਭੁੱਖ ਲੱਗੇ ਥੋੜੀ ਜਿਹੀ ਫੇਆ ਜਾਏ ਇਦਾਂ ਨਹੀਂ ਉਹ ਕਰਦੀ ਬਸੇ ਰਹਿੰਦੇ ਸਾਡਾ ਸ਼ਹਿਦ ਚੱਟਣਾ ਜ਼ਿੰਮੇਵਾਰੀ ਨਹੀਂ ਹੈ ਨਾ ਇੰਟਰਸਟ ਹੈ ਸਾਡੇ ਸਾਡਾ ਕੀ ਕੰਮ ਆ ਅਸੀਂ ਲੋਕਾਂ ਦਾ ਭਲਾ ਕਿੱਦਾਂ ਹੋਣਾ ਹੂੰ ਉਹਦੇ ਵਿੱਚ ਸਾਨੂੰ ਕੀ ਕਰਨਾ ਜ਼ਰੂਰੀ ਉਹ ਕਰਾਂਗੇ ਸਭ ਹੂੰ ਜਿਵੇਂ ਤੁਸੀਂ ਕਿਹਾ ਕਿ ਸ਼ਹਿਦ ਦੀ ਮੱਖੀ ਦੇ ਵਾਂਗਰ ਉਹ ਉਹਨਾਂ ਦੀਆਂ ਪਹਿਲਾਂ ਲੱਤਾਂ ਫਸ ਜੰਨੀਆਂ ਫਿਰ ਢਿੱਡ ਚਿੰਬੜ ਜਾਂਦਾ ਉਹ ਸ਼ਹਿਦ ਦੇ ਛੱਤੇ ਦੇ ਨਾਲ ਉਹ ਸਾਰੀਆਂ ਮੱਖੀਆਂ ਨੂੰ ਪਰੇ ਕਰਨਾ ਵੀ ਤਾਂ ਔਖਾ ਹੀ ਹੈ ਡੰਗੇ ਬੜਾ ਕਸੂਤਾ ਮਾਰਦੀਆਂ ਤੁਸੀਂ ਉਹਨਾਂ ਨੂੰ ਕਿੱਦਾਂ ਲੜਾਈ ਲੜੋਗੇ ਉਹਨਾਂ ਨੂੰ ਲੋਕਾਂ ਨੂੰ ਕਿੱਦਾਂ ਪ੍ਰੇਰਿਤ ਕਰੋਗੇ ਕਿ ਇਹ ਚੈਦੀਆਂ ਮੱਖੀਆਂ ਪਰ ਹੈਗੀਆਂ ਨੇ ਡੰਗ ਬੜਾ ਡੂੰਗਾ ਹੈ ਕਿ ਤੁਸੀਂ ਸਾਡੇ ਨਾਲ ਜੜੋ ਸਹਿਦ ਦੀ ਮੱਖੀ ਜਿਹੜੀ ਆ ਕੁਦਰਤ ਨੇ ਉਹਨੂੰ ਬਣਾਇਆ ਵੇ ਹਰ ਫੁੱਲ ਤੇ ਜਾਵੇ ਸਹਿਦ ਲਿਆਵੇ ਇਕੱਠਾ ਕਰੇ ਖਾਈ ਜਾਵੇ ਹਮ ਲੇਕਿਨ ਸਾਰੀ ਦੁਨੀਆ ਦੇ ਫੁੱਲਾਂ ਦਾ ਤਾਂ ਕੁਝ ਨਹੀਂ ਕਰ ਸਕਦੀ ਉਹ ਆਪਣਾ ਮਤਲਬ ਦੇਸ਼ ਦੀ ਪਬਲਿਕ ਨਾਲ ਵਾ ਤੇ ਇਸ ਵਾਸੀਆਂ ਦੇ ਨਾਲ ਵਾ ਨਿਤਾਮਾ ਨਾਲ ਨਹੀਂ ਹੈ ਸਾਡਾ ਕੋਈ ਝਗੜਾ ਨਿਤਾਮਾ ਨੂੰ ਜੋ ਠੀਕ ਲੱਗਾ ਉਹ ਕਰਦੇ ਆ ਲੋਕਾਂ ਨੂੰ ਠੀਕ ਲੱਗਾ ਅਗਲੇ ਉਹਦਾ ਚੰਗਾ ਜਾਂ ਮਾੜਾ ਉਹਨਾਂ ਨੂੰ ਕਹਿੰਦੇ ਆ ਪਰ ਅਸੀਂ ਕੀ ਕਰਨਾ ਸੀ ਆਪਣਾ ਪ੍ਰੋਗਰਾਮ ਦੱਸਾਂਗੇ ਹੂੰ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਲੋਕਾਂ ਨੂੰ ਦੱਸਣਾ ਹੈ ਜਿਹੜਾ ਪ੍ਰੋਗਰਾਮ ਲੈ ਕੇ ਤੁਸੀਂ ਫੁੱਲਾਂ ਤੱਕ ਜਾਣਾ ਮੱਖੀਆਂ ਵੜ ਕੇ ਕਹਿਣ ਦਾ ਮਤਲਬ ਕਿ ਸ਼ਹਿਰ ਦੀ ਜਗ੍ਹਾ ਵੋਟ ਇਕੱਠੀ ਕਰਨੀ ਆਪਾਂ ਵੋਟਰਾਂ ਤੱਕ ਤਾਂ ਜਾਣਾ ਹੀ ਹੈਗਾ ਆ ਤੁਸੀਂ ਕਿਹੜਾ ਪ੍ਰੋਗਰਾਮ ਲੈ ਕੇ ਜਾਓਗੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਪਵੇ ਵੀ ਇਹ ਜਿਹੜੇ ਇਹ ਜਿਹੜੀ ਨੈਸ਼ਨਲ ਜਸਟਿਸ ਪਾਰਟੀ ਹੈਗੀ ਆ ਇਹਦੇ ਜਿਹੜੇ ਲੀਡਰ ਸਾਹਿਬਾਨ ਨੇ ਇਹ ਕੁਛ ਚੰਗੇ ਚੰਗੇ ਲੱਗਦੇ ਨੇ ਦੂਜਿਆਂ ਨਾਲ ਇਦਾਂ ਸਾਡਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਇਹ ਆ ਵੀ ਦੇਸ਼ ਦੇ ਵਿੱਚ ਇੱਕ ਤਾਂ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਾਰਾ ਕੁਝ ਅਸੀਂ ਇਸ ਨੀਅਤ ਦੇ ਆ ਜਦ ਹੁਣ ਸਰਕਾਰਾਂ ਚੱਲ ਰਹੀਆਂ ਲੋਕੀ ਘਰ ਘਰ ਦੁਖੀ ਨਜ਼ਰ ਆਂਦੇ ਆ ਹਾਂ ਉਹਨਾਂ ਦਾ ਦੁੱਖ ਦੂਰ ਕਰਨ ਦੇ ਲਈ ਅਸੀਂ ਪ੍ਰੋਗਰਾਮ ਬਣਾਵਾਂਗੇ ਉਹਨਾਂ ਦੀ ਸਲਾਹ ਪੁੱਛਾਂਗੇ ਦੱਸੋ ਵੀ ਤੁਹਾਨੂੰ ਕੀ ਚਾਹੀਦਾ ਉਹਦੇ ਲਈ ਪ੍ਰਬੰਧ ਕਰਾਂਗੇ ਹਾਂ ਵੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਲੋਕਾਂ ਨੂੰ ਪ੍ਰੋਗਰਾਮ ਪੁੱਛਾਂਗੇ ਲੋਕਾਂ ਨੂੰ ਪਹਿਲੀਆਂ ਪਾਰਟੀਆਂ ਦੇ ਉਮੀਦਵਾਰ ਜਾਂ ਪਹਿਲੇ ਲੀਡਰਾਂ ਨੇ ਵੀ ਪੁੱਛਿਆ ਲੋਕਾਂ ਨੂੰ ਪੁੱਛਿਆ ਕੀ ਚਾਹੀਦਾ ਉਹਨਾਂ ਨੇ ਦਾਣੇ ਦੇ ਦਿੱਤੇ ਕੀ ਚਾਹੀਦਾ ਉਹਨਾਂ ਨੇ ਸ਼ਰਾਬ ਦੇ ਠੇਕੇ ਖੋਲਤੇ ਕੀ ਚਾਹੀਦਾ ਉਹਨਾਂ ਨੇ ਚਿੱਟਾ ਤੱਕ ਪਹੁੰਚਾਤਾ ਕੀ ਚਾਹੀਦਾ ਹਰ ਤਰ੍ਹਾਂ ਦੀ ਜਿਹੜੀ ਨਹੀਂ ਲੋੜ ਉਹ ਵੀ ਪਹੁੰਚਾ ਦਿੱਤੀ ਇਹਦੇ ਲਈ ਤੁਹਾਡਾ ਕੀ ਪ੍ਰੋਗਰਾਮ ਹੈ ਦੇਖੋ ਇਹ ਤਾਂ ਆਰਜੀ ਗੱਲਾਂ ਆ ਜਿਹੜੀਆਂ ਆਰਜੀ ਗੱਲਾਂ ਆ ਜਿਸ ਤਰ੍ਹਾਂ ਮੱਛੀ ਨੂੰ ਫਸਾਉਣ ਲਈ ਕੁੰਡੀ ਦੇ ਨਾਲ ਕੋਈ ਮਾਸ ਦਾ ਟੁਕੜਾ ਲਾ ਦਵੇ ਹੂੰ ਮਾਰੇ ਚੱਕੇ ਕੁੰਡੀ ਪਾਣੀ 'ਚ ਉਸ ਵਾਰ ਮੱਛੀ ਨੇ ਗਣਾ ਬਾਵੀ ਮੇਰੀ ਤੇ ਖੁਰਾਕ ਮਿਲ ਗਈ ਮੈਨੂੰ ਹੂੰ ਉਦੋਂ ਪਤਾ ਲੱਗਣਾ ਜਦ ਮੱਛੀ ਲਟਕਦੀ ਬਾਹਰ ਨੂੰ ਆਉਂਦੀ ਆ ਜਦ ਫਸ ਜਾਣਾ ਉਹਨਾਂ ਵਿੱਚ ਹੂੰ ਇਹ ਜਿਹੜੇ ਲਿਵਾਣੇ ਪ੍ਰੋਰਾਮਾਂ ਇਹ ਉਹਨੇ ਆਪਣੀਆਂ ਬੋਟਾਂ ਕਿੱਦਾਂ ਵਧਾਉਣੀਆਂ ਉਹਨੇ ਇਹ ਦੇਖਣਾ ਹੂੰ ਸਾਡਾ ਇਹ ਨਹੀਂ ਹੈ ਅਸੀਂ ਬੇਸਿਕ ਤੌਰ ਦੇ ਉੱਤੇ ਪ੍ਰੋਬਲਮਾਂ ਦਾ ਹੱਲ ਕਰਾਂਗੇ ਬੇਸਿਕ ਪ੍ਰੋਬਲਮ ਤੁਸੀਂ ਕਿ ਇਹਨੂੰ ਮੰਨਦੇ ਹੋ? ਬੇਰੋਜ਼ਗਾਰੀ, ਹੂੰ, ਮਹਿੰਗਾਈ, ਪਰਿਸ਼ਟਾਚਾਰ, ਗੈਰਜਮਵਾਰੀ, ਗਲਤ ਪ੍ਰਵੰਧ ਸਰਕਾਰਾਂ ਦਾ, ਹੂੰ। ਔਰ ਵਿਦਿਆਜ ਕਿੱਤਾ ਮੁਹੀ ਨਹੀਂ ਦੇਣੀ ਬੱਚਿਆਂ ਨੂੰ? ਹੂੰ। ਉਹ ਬੀਐਮਐ ਪਰ ਆਪਾਂ ਅੱਗੇ ਕਹਣਾ ਪੜ੍ਹਾਈ ਜਾ ਵੀ ਐਨੇ ਪੜ੍ਹ ਗਿਆ ਬੱਚੇ ਨੂੰ ਮੁੜ ਕੇ ਕਿਸੇ ਕੰਮ ਨਹੀਂ ਉਹ ਪੜ੍ਹਾਈ ਆਉਂਦੀ। ਕਿੱਤਾ ਮੁਹੀ ਪੜ੍ਹਾਈ ਹੋਣੀ ਚਾਹੀਦੀ ਜਿਹਦੇ ਨਾਲ ਪਹਿਲਾਂ ਤੈਅ ਕਰਕੇ ਜੇ ਸਾਡੀ ਨੈਸ਼ਨਲ ਸਰਕਾਰ ਆ ਗਈ ਅਸੀਂ ਪਹਿਲਾਂ ਬੱਚੇ ਨੂੰ ਤੈਅ ਕਰਕੇ ਸਿੱਖਿਆ ਦਵਾਂਗੇ ਔਰ ਠੀਕ ਟਾਈਮ ਦੇ ਦੇ ਉਸ ਤੋਂ ਬਾਅਦ ਉਹਨੂੰ ਉਹਨੂੰ ਅਸੀਂ ਕੰਮ ਦਿਆਂਗੇ ਹੂੰ ਮਤਲਬ ਰੁਜ਼ਗਾਰ ਜਿਹੜਾ ਹੈ ਬੇਰੁਜ਼ਗਾਰੀ ਖਤਮ ਕਰਨ ਦਾ ਤੁਹਾਡਾ ਏਜੰਡਾ ਹੈ ਕਿ ਵਿਦਿਆ ਤੋਂ ਹੀ ਉਹਨਾਂ ਦਾ ਜਿਹੜਾ ਰੁਜ਼ਗਾਰ ਪੁੱਤਾਇ ਕਰ ਦਿੱਤਾ ਜਾਊਗਾ ਬਿਲਕੁਲ ਬੱਚੇ ਦਾ ਹੀ ਪਹਿਲਾਂ ਹੀ ਤੈਅ ਕਰਤਾ ਜਾਊਗਾ ਇੰਟਰਸਟ ਦੇਖ ਕੇ ਜਿਹੜੇ ਸਾਡੇ ਸਾਈਕੋਲੋਜਿਸਟ ਹੋਣਗੇ ਉਹ ਉਹ ਚੈੱਕ ਕਰਨਗੇ ਵੀ ਬੱਚੇ ਦਾ ਇੰਟਰਸਟ ਕੀ ਹੈ ਕਾਰ ਕੀ ਸਕਦਾ ਉਹੀ ਉਹਨੂੰ ਟ੍ਰੇਨਿੰਗ ਦੇਣੀ ਉਸ ਤੋਂ ਬਾਅਦ ਉਹੀ ਉਹਨੂੰ ਕੰਮ ਦੇਣਾ ਲਾਜ਼ਮ ਇਹ ਸਾਡਾ ਮਨ ਮਨਸ ਗੱਛਾ ਜੇ ਸਾਡੀ ਕੇਂਦਰ ਸਰਕਾਰ ਹੈ ਹੂੰ ਨਹੀਂ ਇਹ ਪਹਿਲੋਂ ਕੇਂਦਰ ਤੋਂ ਪਹਿਲਾਂ ਜਿਹੜੀ ਹੁਣ ਵਿਧਾਨ ਸਭਾ ਇਲੈਕਸ਼ਨ ਹੈ ਇਹਦੇ ਵਿੱਚ ਪਹਿਲਾਂ ਪੰਜਾਬ ਦਾ ਟਾਰਗੇਟ ਰੱਖਿਆ ਹੋਊਗਾ ਤੁਸੀਂ ਪੰਜਾਬ ਵੀ ਤਾਂ ਦੇਸ਼ ਦਾ ਹਿੱਸਾ ਆ ਹੂੰ ਹੂੰ ਜੋ ਟਾਰਗੇਟ ਸਾਡਾ ਦੇਸ਼ ਲਈ ਹੈ ਉਹ ਪੰਜਾਬ ਲਈ ਵੀ ਹੈ ਹੂੰ ਜਿਹੜੇ ਤੁਸੀਂ ਕਿਹਾ ਕਿ ਕਿਤਾ ਮੁਖੀ ਜਿਹੜੇ ਜਿਹੜਾ ਵਿਦਿਆ ਹੈ ਉਹ ਅਸੀਂ ਦੇਾਂਗੇ ਬੱਚਿਆਂ ਨੂੰ ਜਿਹੜੇ ਲੋਕ ਨਹੀਂ ਸਕੂਲੇ ਜਾ ਸਕਦੇ ਨਹੀਂ ਪੜ ਸਕਦੇ ਜਾਂ ਪਹਿਲਾਂ ਵੀ ਜਿਹੜੇ ਜਿਹੜੇ ਘੱਟ ਪੜੇ ਜਾਂ ਅਨਪੜ੍ਹੇ ਉਹਨਾਂ ਲਈ ਵੀ ਕੋਈ ਪਲਾਨ ਹੋਏਗਾ ਤੁਹਾਡੇ ਕੋਲ ਕਿ ਅਸੀਂ ਉਹਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਦੇਖੋ ਜਿਹੜੇ ਆਦਮੀ ਅੱਜ ਬੇਰੁਜ਼ਗਾਰ ਹੈ ਉਹ ਜੋ ਵੀ ਉਹਨਾਂ ਦੀ ਸਮਰੱਥਾ ਹੋਈ ਉਹਦੀ ਯੂਟਿਲਾਈਜੇਸ਼ਨ ਕਰਨ ਦੇ ਲਈ ਪ੍ਰਬੰਧ ਕੀਤਾ ਜਾਊਗਾ ਹੂੰ ਜਿਹੜਾ ਲੇਬਰਾਂ ਨੂੰ ਲੇਬਰ ਮਿਲੂਗੀ ਜਿਹੜਾ ਹੋਰ ਕਰ ਸਕਦਾ ਉਹਨੂੰ ਉਹ ਮਿਲੂਗਾ ਹੂੰ ਹੂੰ ਕਿਹਦੀ ਯੋਗਤਾ ਅਜਾਈ ਤਾਂ ਨਹੀਂ ਜਾਣੀ ਚਾਹੀਦੀ ਹੂੰ ਜਿਵੇਂ ਅੱਜ ਸਾਰੀਆਂ ਸਰਕਾਰਾਂ ਦੇ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪ੍ਰਾਈਵੇਟਾਈਜੇਸ਼ਨ ਤੇ ਜ਼ੋਰ ਦਿੱਤਾ ਜਿਹੜੇ ਵੀ ਹੁਣ ਤੱਕ ਐਮਐਲਏ ਐਮਪੀ ਬਣੇ ਨੇ ਉਹਨਾਂ ਨੇ ਇਹ ਸੋਚਿਆ ਸਾਡੇ ਦਿਮਾਗ ਤੇ ਬੋਝ ਨਾ ਹੋਵੇ ਮੈਂ ਇੱਕ ਮੈਨੂੰ ਠੇਕੇ ਤੇ ਦੇ ਦੇਉ ਕਮਿਸ਼ਨ ਲਈ ਚੱਲਾਂਗਾ ਜਾਂ ਠੇਕਾ ਲਈ ਚੱਲਾਂਗਾ ਕਹਿ ਲਈਏ ਉਸ ਸ਼ਬਦਾਂ ਦੇ ਵਿੱਚ ਤੇ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਹੁਣ ਤੱਕ ਕਰ ਚੁੱਕੇ ਨੇ ਇਹਦੇ ਲਈ ਤੁਹਾਡੇ ਕੋਲ ਕੀ ਜਵਾਬਾ ਦੇਖੋ ਜੀ ਅੱਜ ਤਾਂ ਇਨਾਂ ਦੇ ਹੱਥ ਦੇ ਵਿੱਚ ਸਾਰਾ ਕੁਝ ਆਇਆ ਆ। ਇਹ ਜੋ ਮਰਜ਼ੀ ਕਰਦੇ ਰਹਿਣਗੇ। ਹੂੰ। ਜਾਂ ਸਾਡੇ ਹੱਥ 'ਚ ਹੋਵੇ ਅਸੀਂ ਦੇਖਾਂਗੇ ਕੀ ਬਣਾ ਸਭ ਉਹ ਕਰਾਂਗੇ। ਜਿਹੜੀ ਚੀਜ਼ ਨੂੰ ਠੇਕੇ ਤੇ ਦੇ ਹੀ ਦਿੱਤਾ ਉਹਨਾਂ ਨੇ 20 ਸਾਲ ਲਈ, 25 ਸਾਲ ਲਈ, 50 ਸਾਲ ਲਈ, 40 ਸਾਲ ਲਈ, 100 ਸਾਲ ਲਈ। ਜਿਵੇਂ ਬਿਜਲੀ ਬੋਰਡ ਨੂੰ ਜਿਹੜਾ ਉਹ ਅਕਾਲੀ ਦਲ ਸਰਕਾਰ ਨੇ ਦਿੱਤਾ ਹੈ ਠੇਕੇ ਦੇ ਉੱਤੇ 25 ਸਾਲ ਦੇ ਲਈ, ਕਾਂਗਰਸ ਸਰਕਾਰ ਵੀ ਉੱਥੇ ਕੁਝ ਨਹੀਂ ਕਰ ਸਕੀ। ਕਿਵੇਂ ਉੱਥੇ ਤੁਸੀਂ ਕਰੋਗੇ? ਦੇਖੋ ਜਿੱਥੇ ਵੀ ਕੋਈ ਗਲਤੀ ਨਜ਼ਰ ਆਈ ਉਹ ਕਿਦਾਂ ਠੀਕ ਹੁੰਦੀ ਦੇਖਾਂਗੇ। ਹੂੰ। ਜੇ ਕੋਈ ਗਲਤੀ ਕਿਸੇ ਨੇ ਕਰ ਦਿੱਤੀ ਆ ਉਹ ਤਾਂ ਹੋ ਗਈ। ਲੇਕਿਨ ਉਹਦਾ ਹੁਣ ਅਸੀਂ ਕੀ ਕਰ ਸਕਦੇ ਉਹ ਦੇਖਾਂਗੇ ਸਰਕਾਰបានੰਤੇ ਦੇਖੋਗੇ ਚੌਧਰੀ ਸਾਹਿਬ ਜਿਵੇਂ ਜਿਹੜੇ ਖਾਸ ਕਰਕੇ ਜਿਵੇਂ ਤੁਸੀਂ ਦਲਿਤ ਪਰਿਵਾਰਾਂ ਚੋਂ ਐਸਸੀ ਕੈਟਾਗਰੀ ਚੋਂ ਇਹ ਹਲਕਾ ਫਲੋਰ ਜਿਹੜਾ ਉਹ ਵੀ ਇਹ ਇੱਕ ਐਸਸੀ ਹਲਕਾ ਹੈਗਾ ਖਾਸ ਕਰਕੇ ਐਸਸੀ ਲੋਕਾਂ ਦੇ ਵਾਸਤੇ ਕੀ ਏਜੰਡਾ ਲੈ ਕੇ ਆਉਂਗੇ ਜਿਹੜੇ ਬੇਜਮੀਨੇ ਨੇ ਜਿਨ੍ਹਾਂ ਕੋ ਘਰ ਬਣਾਉਣ ਲਈ ਥਾਂ ਵੀ ਨਹੀਂ ਹੈਗਾ ਉਹ ਕਿਵੇਂ ਆਪਣੇ ਘਰ ਦਾ ਪ੍ਰਬੰਧ ਕਰ ਸਕਦੇ ਨੇ ਕਿੱਥੇ ਥੋੜਾ ਬਹੁਤ ਉਹਨਾਂ ਨੂੰ ਜ਼ਮੀਨ ਤੁਸੀਂ ਦੋਗੇ ਵੀ ਜਿੱਥੇ ਚਲੋ ਆਲੂ ਪਿਆਜ਼ ਲਾ ਲਓ ਥੋੜੀਆਂ ਘਰ ਜੋਗੀ ਸਬਜ਼ੀ ਲਾ ਲਓ ਐ ਪੱਠਿਆਂ ਜੋਗਾ ਪਸ਼ੂਆਂ ਨੂੰ ਪੱਠੇ ਪਾਉਣ ਜਗੇ ਪੱਠੇ ਬੀਜ ਲਓ ਜਾਂ ਦੋ ਕਨਾਲ ਕਣਕ ਦੇ ਵੀ ਬੀਜ ਲਓ ਕਿੱਦਾਂ ਤਾਂ ਤੁਸੀਂ ਹੱਲ ਕਰ ਸਕਦੇ ਹੋ ਦੇਖੋ ਜ਼ਮੀਨ ਕਿਸੇ ਨੂੰ ਦੇਣ ਦਾ ਪ੍ਰਬੰਧ ਲਈ ਤਾਂ ਮੈਂ ਇਹ ਕਹਿ ਸਕਦਾ ਕੁਝ ਇਹ ਤਾਂ ਸਰਕਾਰ ਲੈਵਲ ਦੇ ਫੈਸਲੇ ਹੋਣਗੇ ਜੇ ਲੋਕ ਸਾਡੀ ਸਰਕਾਰ ਬਣ ਗਏ ਉਹ ਤੋਂ ਬਾਅਦ ਦੇਖੋ ਮੰਨ ਲਓ ਤੁਹਾਡੀ ਸਰਕਾਰ ਬਣ ਜਾਂਦੀ ਆ ਹਾਂ ਉਸ ਵੇਲੇ ਫਿਰ ਕੀ ਮੁਨਾਸਬਾ ਉਹ ਕਰਨਗੇ ਇਦਾਂ ਦੇ ਮਾਮਲੇ ਜੀ ਕਿਉਂਕਿ ਸੰਵਿਧਾਨਕ ਮਾਮਲੇ ਵੀ ਹੈ ਨਾ ਹੁਣ ਪ੍ਰੋਪਰਟੀ ਦੇ ਸੰਬੰਧ ਵਿੱਚ ਸੰਵਿਧਾਨ ਕੁਝ ਕਹਿੰਦਾ ਹੈ ਕਾਨੂੰਨੀ ਹੈਗਾ ਸਾਰਾ ਕੁਝ ਅਸੀਂ ਕੀ ਲੋਕਾਂ ਲਈ ਵੱਧ ਤੋਂ ਵੱਧ ਕਰ ਸਕਦੇ ਹਾਂ ਕਰਾਂਗੇ ਤੁਹਾਨੂੰ ਕੀ ਕਹਿਣਾ ਚਾਹੂਗੇ ਕਿ ਜਿਹੜੇ ਹੁਣ ਤੱਕ ਐਮਐਲਏ ਬਣੇ ਨੇ ਸਰਕਾਰਾਂ ਬਣੀਆਂ ਉਹ ਬਹੁਤ ਕੁਝ ਕਰ ਸਕਦੀਆਂ ਸੀ ਜੋ ਨਹੀਂ ਕੀਤਾ ਦੇਖੋ ਜਿਹੜੀ ਸਰਕਾਰ ਦੇ ਕੋਲ ਸੰਵਿਧਾਨਕ ਹੱਕ ਕਰ ਸਕਦੇ ਆ ਹੂੰ ਜੋ ਉਹਨੇ ਕੀਤਾ ਤੁਹਾਡੇ ਸਾਹਮਣੇ ਆ ਜੋ ਨਹੀਂ ਕੀਤਾ ਉਹ ਵੀ ਤੁਹਾਡੇ ਸਾਹਮਣੇ ਆ ਹੂੰ ਚੌਧਰੀ ਸਾਹਿਬ ਇੱਥੇ ਇੱਕ ਗੱਲ ਆਪਾਂ ਸਾਹਮਣੇ ਲੈ ਆਈਏ ਵੀ ਜਿਹੜੇ ਖਾਸ ਕਰਕੇ ਪੰਜਾਬ ਦੇ ਲੋਕ ਖਾਸ ਕਰਕੇ ਵੈਸੇ ਤਾਂ ਸਾਰੇ ਪੰਜਾਬ ਦੇ ਲੋਕ ਹੀ ਅੱਜ ਦੁਹਾਈ ਦੇ ਰਹੇ ਨੇ ਮਜ਼ਦਮ ਵੀ ਦੁਹਾਈ ਦੇ ਰਹੇ ਨੇ ਕਿਸਾਨ ਵੀ ਦੁਹਾਈ ਦੇ ਰਹੇ ਨੇ ਬੇਰਜ਼ਗਾਰ ਵੀ ਦੁਹਾਈ ਦੇ ਰਹੇ ਨੇ ਬੇਜ਼ਮੀਨੇ ਵੀ ਦੁਹਾਈ ਦੇ ਰਹੇ ਨੇ ਹੂੰ ਖਾਸ ਮੁੱਦਾ ਤੁਸੀਂ ਤੁਹਾਡੇ ਮਨ ਚ ਕੀ ਹੈ ਵੀ ਜਿਹੜਾ ਜਾਦੇ ਖਾਸ ਜਿਹੜਾ ਅਹਿਮ ਮੁੱਦਾ ਹੈ ਜਿਹੜਾ ਜੇ ਇਸ ਮੁੱਦੇ ਤੇ ਸਭ ਤੋਂ ਪਹਿਲ ਦੇ ਆਧਾਰ ਤੇ ਕੰਮ ਕਰਨ ਦੀ ਲੋੜ ਮੰਨ ਲਓ ਤੁਹਾਡੀ ਸਰਕਾਰ ਆ ਜਾਂਦੀ ਆ ਤੁਸੀਂ ਕਿ ਉਸ ਮੁੱਦੇ ਤੇ ਕੰਮ ਕਰੋਗੇ ਇਹ ਜਿਹੜਾ ਜੋ ਵੀ ਗਲਤ ਚੱਲ ਰਿਆ ਨੀਤੀਆਂ ਸਰਕਾਰ ਦੇ ਆ ਉਹਨੂੰ ਦਰੁਸਤ ਕਰਾਂਗੇ ਜਿਹਦੇ ਬਾਈ ਪ੍ਰੋਡਕਟੇ ਸਾਰਾ ਕੁਝ ਹੋ ਰਿਹਾ ਹੂੰ 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 ਠੀਕ ਹੈ ਜਿਹੜੇ ਅੱਜ ਬੱਚੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਸਾਰੀ ਕੋਈ ਹਰ ਇੱਕ ਲੜਕਾ ਜਾਂ ਲੜਕੀ ਇਹ ਚਾਹੁੰਦਾ ਵੀ ਆਈਲੈਂਡਸ ਕੀਤੀ ਹੈ ਮੈਂ ਬਸ ਕਿਹੜੀ ਘੜੀ ਮੇਰੇ ਇੰਗਲੈਂਡ ਅਮਰੀਕਾ ਇਟਲੀ ਆਸਟ੍ਰੇਲੀਆ ਦੇ ਕਿਤੇ ਮੇਰੇ ਕੋਲ ਕਾਗਜ਼ ਹੱਥ ਦੇ ਵਿੱਚ ਆ ਜਾਣ ਤੇ ਜਹਾਜ਼ੇ ਬਹਿਟ ਬੈਠ ਕੇ ਫਟਾਫਟ ਇਥੋਂ ਮੈਂ ਦੇਸ਼ ਨਿਕਾਲਾ ਲੈ ਕੇ ਚਲੇ ਜਾਵਾਂ ਤੇ ਹਰ ਇੱਕ ਜੇ ਗੱਲ ਕਰੀਏ ਵੀ ਆਪਾਂ ਜੇ ਕਿਤੇ ਕਿਸੇ ਪਿੰਡ ਦੇ ਵਿੱਚ ਰਾਤ ਨੂੰ ਅਨਾਉਂਸਮੈਂਟ ਹੋ ਜAVE ਡੌਂਡੀ ਪਿੱਟੀ ਜਾਵੇ ਕਿ ਅੱਜ ਸਵੇਰੇ ਸਾਜਰੇ ਇੱਕ ਜਹਾਜ਼ ਜਾਣਾ ਜਿਹੜਾ ਕੈਨੇਡਾ ਨੂੰ ਜਾਣਾ ਜਿਹਨੇ ਜਿਹਨਾਂ ਜਾਣਾ ਹੈ ਪਿੰਡੋਂ ਬਾਹਰ ਜਹਾਜ਼ ਖੜੇਗਾ ਅੱਦ ਵਿੱਚ ਆ ਜਾਓ ਸਾਰਾ ਪਿੰਡ ਹੀ ਉੱਥੇ ਲੈਣ ਲਾ ਕੇ ਖੜ ਜੇਗਾ ਇਹ ਲੋਕਾਂ ਨੇ ਕੀ ਉਪਰਾਲਾ ਕਰੋਗੇ ਤੁਸੀਂ ਲੋਕ ਜਿਹੜਾ ਇੱਥੇ ਰੋਜ਼ਗਾਰ ਮਿਲੇ ਕੰਮ ਮਿਲੇ ਜਿਹਨਾਂ ਨੂੰ ਵਿਦੇਸ਼ ਨਾ ਜਾਣਾ ਪਵੇ ਦੇਖੋ ਇਹ ਭਾਰਤ ਵਰਸ਼ ਦੇਸ਼ ਆ ਜੇ ਸਾਡੀ ਇਹਨਾਂ ਨੂੰ ਸਲਾਹ ਚ ਚੰਗੀ ਲਗੀ ਦੇਸ਼ ਦਾ ਰਾਜ ਪ੍ਰਬੰਧੇ ਨਹੀਂ ਸਾਡੇ ਹੱਥ ਦਿੱਤਾ ਤਾਂ ਮੇਰੇ ਖਿਆਲ ਚ ਬਹੁਤ ਜਲਦੀ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਹੂੰ ਕਿਉਂਕਿ ਅਸੀਂ ਇਦਾਂ ਦਾ ਆਰਥਿਕ ਢਾਂਚਾ ਤਿਆਰ ਕਰਾਂਗੇ ਵੀ ਖਾਸੀਆਂ ਗੁਜ਼ਾਰਾ ਲਾਇਕ ਤਨਖਾਹਾਂ ਇੱਥੇ ਉਹਨਾਂ ਨੂੰ ਮਿਲਣਗੀਆਂ ਹੂੰ ਤੁਸੀਂ ਕਿਵੇਂ ਕਰ ਪਾਉਂਗੇ ਜਦੋਂ ਵੀ ਸਰਕਾਰ ਬਦਲਦੀ ਹੈ ਜਦੋਂ ਅਕਾਲੀਆਂ ਦੀ ਸਰਕਾਰ ਬੀਤੇ ਸਮੇਂ ਜੋ ਵਾਪਰਿਆ ਹੈਗਾ ਜਦੋਂ ਇਕ ਕਾਲੀਆਂ ਦੀ ਸਰਕਾਰ ਬਦਲੀ ਐ ਤੇ ਕਾਂਗਰਸ ਦੀ ਆ ਗਈ ਐ ਤਾਂ ਉਹ ਕਾਂਗਰਸੀ ਰੋਲਾ ਪਾਉਣ ਲੱਪਨਦੇ ਖਜ਼ਾਨਾ ਖਾਲੀ ਐ ਜੇ ਕਾਂਗਰਸੀਆਂ ਨੇ ਰਾਜ ਕੀਤਾ ਕਾਲੀਆਂ ਦਾ ਰਾਜ ਆ ਗਿਆ ਉਹ ਕਹਿਣ ਲੱਪਨਦੇ ਖਜ਼ਾਨਾ ਖਾਲੀ ਐ ਹੁਣ ਕਿਹੜਾ ਤੁਹਾਡੇ ਲਈ ਭਰਿਆ ਛੱਡਣ ਲੱਗਿਆ ਦੇਖੋ ਜਿਹੜਾ ਖਜ਼ਾਨਾ ਹੁੰਦਾ ਪਹਿਲਾਂ ਦੇ ਦੀ ਸਾਨੂੰ ਗੱਲ ਸਮਝਣੀ ਚਾਹੀਦੀ ਐ ਖਜ਼ਾਨਾ ਹੁੰਦਾ ਕੀ ਐ ਜਿਹੜਾ ਨੋਟ ਛਾਪਿਆ ਦੇ ਇਹ ਖਜ਼ਾਨਾ ਨਹੀਂ ਹੁੰਦਾ ਖਜ਼ਾਨਾ ਹੁੰਦਾ ਵੀ ਦੇਸ਼ ਦੀ ਵੀ ਜਿਹੜੀ ਉਤਪਾਦਨ ਕੀਤੀ ਜਾਂਦੀ ਐ ਉਤਪਾਦਕਤਾ ਜਿਸ ਤਰ੍ਹਾਂ ਖੇਤਾਂ ਵਿੱਚੋਂ ਫਸਲਾਂ ਪੈਦਾ ਹੁੰਨੀਆਂ ਇੰਡਸਟਰੀ ਵਿੱਚੋਂ ਉਤਪਾਦਨ ਪੈਦਾ ਹੁੰਦੇ ਆ ਇਹ ਖਜ਼ਾਨਾ ਆ ਇਹ ਖਜ਼ਾਨੇ ਦੇ ਜਿਹੜੇ ਬੁਨਿਆਦੀ ਸ਼ੁਕਸ਼ਮ ਤੱਤ ਬਹੁ ਆਉਂਗੇ ਆ ਹੂੰ 24 ਘੰਟੇ ਦਾ ਸਮਾਂ ਹੂੰ ਖਾਣਾ ਦੇ ਵਿੱਚ ਤਤ ਧਾਤੂ ਹੂੰ ਲਗ ਲਗ ਤਾਤਾ ਮੈਨ ਪਾਵਰ ਸਾਇੰਸ ਔਰ ਟੈਕਨੋਲੋਜੀ ਇਹ ਸਾਰੀਆਂ ਚੀਜ਼ਾਂ ਨੂੰ ਜੁਟਾ ਕੇ ਹੂੰ ਕੋਈ ਵੀ ਚੁਬਰੀ ਲੈ ਕੇ ਆਵਾਂਗੇ ਆਪਾਂ ਹੂੰ ਹੂੰ ਤੋ ਜਦ ਸਾਡੇ ਅਨਵਰਤੇ ਸਾਧਨ ਵਰਤੋਂ ਚ ਆਉਣਗੇ ਹੂੰ ਖਾਸ ਕਰਕੇ ਮੈਨ ਪਾਵਰ ਜੀ ਜੀ ਇਹਨਾ ਇੱਕ ਵਿਅਕਤੀ ਨੂੰ ਰੱਬ ਜ਼ਿੰਦਗੀ ਜਿੰਦਾ ਹੂੰ ਉਹ 25 ਸਾਲ ਤੱਕ ਦਾ ਸਮਝਦਾ ਹੀ ਰਹਿੰਦਾ ਆ ਵੀ ਕੀ ਕਰਨਾ ਜਾਂ ਐਜੂਕੇਸ਼ਨ ਲੈਂਦਾ ਜਾਂ ਕੁਛ ਕਰਦਾ ਜਾਂ ਸੈਟਲ ਨਹੀਂ ਹੁੰਦਾ ਮੈਂ ਸਮਝਦਾ ਵੀ 25 ਸਾਲ ਤੋਂ ਬਾਅਦ ਉਹਦੀ ਜ਼ਿੰਦਗੀ ਚੱਲਦੀ ਆ। ਉਹ ਫਿਰ 50 ਸਾਲ ਤੱਕ ਚੱਲਦੀ ਆ। ਕੰਮ ਕਰਦਾ। ਹੂੰ ਵਧੀਆ। ਹੂੰ ਫਿਰ ਉਹਦੀ ਖੁਸ਼ੀਆਂ ਵੀ ਕਰ ਸਕਦਾ ਕਰੇ। ਹੂੰ ਇਹ ਤਾਂ 50 ਸਾਲ ਤੱਕ ਪੱਕੀ ਜ਼ਿੰਮੇਵਾਰੀ ਆ। ਹੂੰ ਜੇ 50 ਸਾਲ ਤੱਕ ਉਹਨੂੰ ਕੋਈ ਕੰਮੇ ਹੀ ਨਾ ਮਿਲੇ। ਹੂੰ ਤਾਂ ਦੇਸ਼ ਕਿੱਥੇ ਉਹ ਗਵਾਜੂਗਾ। ਆ ਦੇਸ਼ ਰੱਖੀ ਕਿਵੇਂ ਕਰੇਗਾ? ਬਿਲਕੁਲ। ਅਸੀਂ ਨਹੀਂ ਐਦਾਂ ਕਰਨ ਦੇਾਂਗੇ। ਜੀ। ਅਸੀਂ ਉਹਦੀ ਜਿਹੜੀ ਸ਼ਕਤੀ ਆ ਸਰੀਰਕ ਸ਼ਕਤੀ, ਦਿਮਾਗੀ ਸ਼ਕਤੀ ਉਦੀ ਵਰਤੋਂ 25 ਸਾਲ ਤੋਂ 20 ਪਹਿਲਾਂ ਹੀ ਕਰਨੀ ਸ਼ੁਰੂ ਕਰਾਂਗੇ ਹੂੰ ਉਹਦੇ ਨਾਲ ਜਿਹੜਾ ਉਤਪਾਦਨ ਹੋਊਗਾ ਜੀਡੀਪੀ ਵਧੂਗੇ ਦੇਸ਼ ਦੇ ਭਲਾ ਭਲਾ ਹੋਊਗਾ ਹੂੰ ਕੀ ਕਹਿਣਾ ਚਾਹੂੰਗਾ ਚੌਧਰੀ ਸਾਹਿਬ ਵੀ ਅੱਜ ਦੇ ਹਾਲਾਤ ਆਮ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਆਪਣੀ ਪਾਰਟੀ ਦਾ ਸਨੇਹਾ ਲੈ ਕੇ ਵੀ ਹੌਲੀ-ਹੌਲੀ ਤੁਸੀਂ ਰਾਬਤਾ ਵੀ ਕਾਇਮ ਕਰ ਰਹੇ ਹੋ ਲੋਕ ਕਿੰਮਾ ਕਿਵੇਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਖਾਸ ਕਰਕੇ ਸਧਾਰਨ ਖਰਕੇ ਪੰਜਾਬ ਦੇ ਖਾਸ ਕਰਕੇ ਪਿੰਡਾਂ ਦੇ ਖਾਸ ਕਰਕੇ ਜਿਨ੍ਹਾਂ ਦੀ ਜ਼ਮੀਨ ਹੈ ਨਹੀਂ ਉਹ ਕਿੰਨੀ ਗੁਜ਼ਾਰਾ ਕਰਦੇ ਨੇ ਦੇਖੋ ਜਿਹੜਾ ਦੇਸ਼ ਲੋਕਾਂ ਨਾਲ ਹਮਦਰਦੀ ਨਹੀਂ ਰੱਖਦਾ ਸਰਕਾਰ ਉਹਨਾਂ ਦੀ ਹਮਦਰਦੀ ਨਹੀਂ ਰੱਖਦੀ। ਉਨੀ ਤਾਂ ਉਹਨਾਂ ਦੀ ਉਹਨਾਂ ਨੂੰ ਕਿਸਵਨ ਤੇ ਛੱਡ ਦੇਣਾ ਆ। ਹੂੰ ਰੋਟੀ ਲੱਭੇ ਨਾ ਲੱਭੇ ਕੋਈ ਕੰਮ ਲੱਭੇ ਨਾ ਲੱਭੇ ਕਿ ਇਹਨੂੰ ਘਰ ਹੋਵੇ ਨਾ ਹੋਵੇ। ਸੜਕਾ ਹੋਣ ਨਾ ਹੋਣ ਦੇਸ਼ ਉੱਪਰ ਵਧੇ ਨਾ ਵਧੇ। ਇਹ ਇੰਗਲੈਂਡ ਤਾਂ ਹੈ ਨਹੀਂ ਵੀ ਕੋਈ ਬਿਮਾਰ ਹੋ ਜੂ ਤਾਂ ਦਾ ਇਲਾਜ ਕੀਤਾ ਜਾਊਗਾ। ਬੱਚਾ ਜੰਮੂਗਾ ਤਾਂ ਉਹਨੂੰ ਜਨਮ ਤੋਂ ਹੀ ਉਹਦੀ ਪਰਵਰਿਸ਼ ਦਾ ਖਰਚਾ ਮਿਲੂਗਾ। ਹੂੰ ਬੁੱਢਾ ਹੋ ਜਾਊਗਾ ਤਾਂ ਉਨ ਬੜਾ ਆਪਾਂ ਪੈਨਸ਼ਨ ਤਕੜੀ ਲੱਗੂਗੀ ਜੇ ਨਾ ਜਿਗਜਾਰਾ ਚੱਲੂਗਾ ਹੂੰ ਇੱਥੇ ਤਾਂ ਕਿਸੇ ਨੂੰ ਸਰਕਾਰ ਨੂੰ ਕਿਸੇ ਨਾਲ ਹਮਦਰਦੀ ਹੀ ਨਹੀਂ ਹੈ ਹੂੰ ਕੋਈ ਜਿੱਦਾਂ ਦੀ ਜ਼ਿੰਦਗੀ ਜੀਵੇ ਜੀਵੇ ਨਾ ਜੀਵੇ ਨਾ ਜੀਵੇ ਕੋਈ ਮਰੀ ਤਾਂ ਕੋਈ ਜੀਵੇ ਇਹੀ ਪ੍ਰਵੰਤ ਤਾਂ ਠੀਕ ਕਰਨਾ ਆ ਹੂੰ ਵੀ ਜਮਵਾਰ ਲੋਕਾਂ ਨੂੰ ਜਮਵਾਰ ਸਰਕਾਰ ਮੰਣੀ ਚਾਹੀਦੀ ਆ ਉਸ ਤੋਂ ਪਹਿਲਾਂ ਲੋਕਾਂ ਨੂੰ ਜਮਵਾਰ ਬਣਾਣਾ ਆ ਵੀ ਤੂੰ ਜਮਵਾਰ ਸਰਕਾਰ ਚੁਣੋ ਅੱਜ ਕੱਲ ਅੱਜ ਤੱਕ ਕੀ ਹੋਇਆ ਆ ਵੇ ਨਹੀਂ ਕੀਮਤ ਬੈਨਪਾਰ ਖੂ ਲੱਖ ਪਾਰਸ ਕੋਈ ਕਹਾਵੇ ਹੂੰ ਲੋਕਾਂ ਨੂੰ ਹੀ ਨੀ ਪਰਖੇਗੀ ਵੀ ਬੋਰਡ ਦੀ ਕੀ ਕੀਮਤ ਆ ਟਾਈਮ ਦੀ ਕੀ ਕੀਮਤ ਆ ਏਕਤਾ ਦੀ ਕੀ ਕੀਮਤ ਆ ਇਹ ਲੜੀ ਗੁਲੀ ਜਾਂਦੇ ਆ ਟਾਈਮ ਖਰਾਬ ਕਰੀ ਜਾਂਦੇ ਆ ਨਸ਼ੇ ਪੀ ਜਾਂਦੇ ਆ ਪਹਿਲਾਂ ਤਾਂ ਲੋਕਾਂ ਨੂੰ ਸਮਝਾਉਣਾ ਪੈਣਾ ਇਹ ਸਾਰਾ ਕੁਝ ਉਸ ਤੋਂ ਬਾਅਦ ਫਿਰ ਟਾਈਮ ਦੀ ਸਹੀ ਵਰਤੋਂ ਕਰਕੇ ਤਵਰੀ ਲੈਂਦੀ ਜਾਊਗੀ ਹੂੰ ਆਖਰ ਤੇ ਇਹ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਕਿ ਕਿ ਵਿਧਾਨ ਸਭਾ ਇਲੈਕਸ਼ਨ ਜਿਹੜੀ ਆ ਕਰੀਬ 6 ਕੁ ਮਹੀਨੇ ਬਾਕੀ ਨੇ ਬਿਲਕੁਲ ਸਿਰ ਤੇ ਨੇ ਲੋਕ ਸੋਚ ਸਮਝ ਕੇ ਵੋਟ ਪਾਉਣ ਕਿਤੇ ਪਹਿਲਾ ਜਿਹੜਾ ਬਤਾਇਆ ਜਿਹੜਾ ਹੰਡਾਇਆ ਜਿਹੜਾ ਸੰਤਾਪ ਉਹ ਇਸ ਵਾਰ ਨਾ ਪੁੱਜਣ ਕੀ ਅਪੀਲ ਕਰਨਾ ਚਾਹੂਗੇ ਦੇਖੋ ਅਸੀਂ ਨੈਸ਼ਨਲ ਜਸਟਿਸ ਪਾਰਟੀ ਵਾਲਾ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਹੂੰ ਵੇ ਤੁਸੀਂ ਸਾਨੂੰ ਚੰਗੀ ਤਰ੍ਹਾਂ ਸੁਣੋ ਸਮਝੋ ਜਿੰਨੇ ਮਰਜੀ ਸਵਾਲ ਪੁੱਛੋ ਹੂੰ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਆਪਣੇ ਦਿਲ ਦਿਮਾਗ ਦੇ ਨਾਲ ਵੋਟ ਪਾਓ ਕਿਸੇ ਤੋਂ ਨਸ਼ਾ ਨਾ ਮੰਗੋ ਕਿਸੇ ਦਾ ਪ੍ਰਭਾਵ ਨਾ ਲਓ ਤੁਸੀਂ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਰਾਜਨੀਤਿਕ ਫੈਸਲੇ ਲਓ ਵੋਟ ਕੇ ਨੂੰ ਪਾਣੀ ਆ ਹੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ ਭਰਪੂਰ ਜਾਣਕਾਰੀ ਦਿੱਤੀ ਹੈ ਅੱਛਾ ਜੀ ਬਹੁਤ ਵੱਤਨਵਾਦੀ ਨੇ ਨੈਸ਼ਨਲ ਜਸਟਿਸ ਪਾਰਟੀ ਦੇ ਬਹੁਤ ਮਹਾਨ ਅਹੁਦੇਦਾਰ ਤੇ ਨੇ ਔਰ ਜਿਵੇਂ ਵਿਧਾਨ ਸਭਾ ਇਲੈਕਸ਼ਨ ਆ ਰਹੀ ਹੈ ਇਹਦੇ ਵਿੱਚ ਇਹਨਾਂ ਨੇ ਮਨ ਬਣਾਇਆ ਕਿ ਵਿਧਾਨ ਸਭਾ ਹਲਕਾ ਫਲੋਰ ਤੋਂ ਚੋਣ ਲੜਨਗੇ ਐਮਐਲਏ ਬਣ ਕੇ ਸਰਕਾਰ ਇਹ ਬਣਾਉਣ ਕਿ ਤੇ ਦੇਸ਼ ਦਾ ਭਲਾ ਕਰਨਗੇ ਆਸ ਕਰਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਅੱਛੀ ਸਰਕਾਰ ਆਵੇ ਅੱਛੇ ਲੋਕਾਂ ਦੀ ਸਰਕਾਰ ਆਵੇ ਤਾਂ ਕਿ ਲੋਕ ਜਿਹੜੇ ਆ ਇਹ ਤੰਗੀਆਂ ਤੁਰਸ਼ੀਆਂ ਗਰੀਬੀ ਇਹ ਪਾੜਾ ਖਤਮ ਲੋਕ ਬਰਾਬਰ ਹੋਣ ਹਰ ਇੱਕ ਇਨਸਾਨ ਜਿਹੜਾ ਹੈ ਚੰਗੀ ਜ਼ਿੰਦਗੀ ਬਤੀਤ ਕਰੇ ਹਰ ਇੱਕ ਨੂੰ ਕੰਮ ਮਿਲੇ ਕੋਈ ਵਿਦੇਸ਼ ਜਾਣ ਦਾ ਨਾਂ ਵੀ ਨਾ ਲਵੇ ਸਾਡੇ ਅੱਜ ਸੋਹਣੇ ਸੁਨੱਖੇ ਲੜਕੇ ਲੜਕੀਆਂ ਨੂੰ ਅਸੀਂ ਬਹੁਤ ਪੜਾ ਪੜਾ ਕੇ ਕ੍ਰੀਮ ਬਣਾ ਬਣਾ ਕੇ ਉਹਨਾਂ ਨੂੰ ਅਸੀਂ ਵਿਦੇਸ਼ਾਂ ਅਲਿਆਕਾਂ ਤੋਂ ਪਰੇ ਭੇਜ ਰਹੇ ਹਾਂ ਆਸ ਕਰਦੇ ਹਾਂ ਕਿ 2022 ਦੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਅੰਦਰ ਬਹੁਤ ਅੱਛੀ ਸਰਕਾਰ ਬਣੇਗੀ ਜਿਹਦੇ ਤੋਂ ਢੇਰ ਸਾਰੀਆਂ ਲੋਕਾਂ ਨੂੰ ਆਸਾਂ ਵੀ ਨੇ ਤੇ ਇਸ ਵਾਰ ਜੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਗਲਤੀ ਕੀਤੀ ਤਾਂ ਸ਼ਾਇਦ ਉਹ ਲੰਬਾ ਸਮਾਂ ਆਪਾਂ ਨੂੰ ਕੁਝ ਤੋਣਾ ਪਏਗਾ ਆਸ ਕਰਦੇ ਹਾਂ ਕਿ ਚੰਗੀ ਪਾਰਟੀ ਚੰਗੇ ਲੋਕ ਮੋਰੇ ਲਿਆਉਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਦੇਖਦੇ ਰਹੋ ਕਾਂਚੀ ਟੀਵੀ ਜੈ ਭੀਮ ਜੈ ਗੁਰਦੇਵ